ਜਦੋਂ 6ਵੇਂ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਦਾ ਚੌਥਾ ਜੰਗ ਕਰਕੇ ਸ੍ਰੀ ਕੀਰਤਪੁਰ ਸਾਹਿਬ ਆ ਬਿਰਾਜੇ ਅਤੇ ਪਹਾੜੀਆਂ ਵੱਲ ਗਏ, ਸ੍ਰੀ ਆਨੰਦਪੁਰ ਸਾਹਿਬ ਦੇ ਲਾਗੇ ਗੁਰਦੁਆਰਾ ਭਵਿੱਖਤ ਸਰ ਹੈ, ਅਜੇ ਵੀ ਉਹ ਸਥਾਨ ਹੈ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਉੱਥੇ ਸੇਵਾ ਕਰਾਉਂਦੇ, ਉੱਥੇ ਸੱਚੇ ਪਾਤਸ਼ਾਹ ਖੜ੍ਹੇ ਸਨ। ਭਾਈ ਵਿਧੀ ਚੰਦ ਜੀ ਨੇ ਬੇਨਤੀ ਕੀਤੀ, ਮਹਾਰਾਜ ਜਿਵੇਂ ਪਿਛਲੇ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ 5ਵੇਂ ਪਾਤਸ਼ਾਹ ਤੱਕ, ਆਪ ਜੀ ਵੀ ਬਾਣੀ ਉਚਾਰਨ ਕਰੋ। 6ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਅਤੇ 6ਵੇਂ ਪਾਤਸ਼ਾਹ ਨੇ ਆਖਿਆ, ਵਿਧੀ ਚੰਦ, ਜੋ ਕੁਝ ਅਸੀਂ ਕਰ ਰਹੇ ਹਾਂ ਸਾਰਾ ਕੁਝ 10ਵੇਂ ਜਾਮੇ 'ਚ ਲਿਖ ਦਿਆਂਗੇ। ਜੋ ਕੁਝ ਅਸੀਂ, ਜੋ ਸਾਡੇ ਖਿਆਲ ਨੇ, ਜੋ ਸਾਡੇ ਵਿਚਾਰ ਨੇ, ਜੋ ਸਾਡੇ ਮੀਰੀ ਪੀਰੀ ਦੇ ਸਿਧਾਂਤ ਨੇ, ਉਹਨਾਂ ਨੂੰ ਲਿਖਤੀ ਰੂਪ 10ਵੇਂ ਜਾਮੇ 'ਚ ਮਿਲੇਗਾ। ਸਰਬੱਗ ਸਤਿਗੁਰਾਂ ਨੇ ਜੋ ਬਚਨ 6ਵੇਂ ਜਾਮੇ 'ਚ ਕਹੇ ਉਹ 10ਵੇਂ ਜਾਮੇ 'ਚ ਮਹਾਰਾਜ ਨੇ ਪੂਰੇ ਕਰ ਦਿੱਤੇ। ਜਿਹੜੇ ਭਰਾ ਕਹਿੰਦੇ ਆ 6ਵੇਂ ਪਾਤਸ਼ਾਹ ਦੀ ਕਿਰਪਾਨ ਪਾਈ ਹੈ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹ ਸਿਧਾਂਤ ਹੀ 10ਵੇਂ ਪਾਤਸ਼ਾਹ ਨੇ ਨੋਟ ਕੀਤਾ ਸੀ। ਕਿਰਪਾਨ ਪਾਣ ਧਾਰੀਅੰ ਕਰੋੜ ਪਾਪ ਟਾਰੀਅੰ, ਉਹ ਸੱਚੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ। ਅੱਜ ਜਿੰਨਾ ਸਾਡਾ ਢਾਂਚਾ ਹੈ ਸਿੱਖੀ ਦੇ ਸਰੂਪ ਦਾ, ਪੰਥ ਦਾ, ਉਹ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬਾਂ ਜੀ ਦੀ ਬਾਣੀ 'ਤੇ ਨਿਰਭਰ ਹੈ।